ਤਾਂ ਕਾਤਲਾਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਨੇ, ਜਿਸ ਦੇ ਵਿੱਚ ਪੁਲਿਸ ਦਾ ਇੱਕ ਕਰਮੀ ਜ਼ਖਮੀ ਹੋ ਗਿਆ ਏ। ਮੌਕੇ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਤਲ ਕਰਕੇ ਨੌਜਵਾਨ ਜੰਮੂ ਕਸ਼ਮੀਰ ਤੋਂ ਭੱਜ ਕੇ ਪੰਜਾਬ ਆਏ, ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਲੁਕੇ ਹੋਏ ਸੀ ਇੱਕ ਹੋਟਲ ਦੇ ਵਿੱਚ, ਤਾਂ ਪੁਲਿਸ ਨੂੰ ਇਤਲਾਹ ਮਿਲੀ। ਪੁਲਿਸ ਨੇ ਰੇਡ ਕੀਤੀ ਤਾਂ ਇਹਨਾਂ ਨੇ ਪੁਲਿਸ ਵਾਲਿਆਂ 'ਤੇ ਫਾਇਰਿੰਗ ਕਰ ਦਿੱਤੀ। ਤਸਵੀਰਾਂ ਦੇ ਵਿੱਚ ਦੇਖ ਰਹੇ ਇਹ ਦੋ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਨੇ, ਇਹਨਾਂ ਦੇ ਵੱਲੋਂ ਪਹਿਲਾਂ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਤਲ ਕੀਤਾ ਜਾਂਦਾ ਹੈ, ਫਿਰ ਉੱਥੋਂ ਭੱਜ ਕੇ ਇਹ ਪੰਜਾਬ ਦੇ ਅੰਮ੍ਰਿਤਸਰ ਆ ਜਾਂਦੇ ਨੇ। ਗੁਰੂ ਨਗਰੀ ਦੇ ਵਿੱਚ ਆ ਕੇ ਇੱਕ ਹੋਟਲ 'ਚ ਰੁਕੇ ਹੁੰਦੇ ਨੇ, ਤਾਂ ਪੁਲਿਸ ਉਸ ਹੋਟਲ ਦੇ ਵਿੱਚ ਰੇਡ ਕਰਦੀ ਹੈ। ਦੇਰ ਰਾਤ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਇਹਨਾਂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕਰਦੇ ਹੋਏ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ। ਤਾਂ ਵੱਡੀ ਖਬਰ ਹੈ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਜੰਮੂ ਕਸ਼ਮੀਰ ਪੁਲਿਸ ਟੀਮ 'ਤੇ ਫਾਇਰਿੰਗ ਹੋਈ ਹੈ। ਕਤਲ ਕਰਕੇ ਫਰਾਰ ਹੋਏ ਦੋ ਮੁਲਜ਼ਮਾਂ ਨੇ ਫਾਇਰਿੰਗ ਕੀਤੀ ਹੈ। ਜੰਮੂ ਕਸ਼ਮੀਰ ਦੇ ਸਾਂਬਾ ਇਲਾਕੇ ਦੇ ਵਿੱਚ ਇਹਨਾਂ ਮੁਲਜ਼ਮਾਂ ਨੇ ਇੱਕ ਕਤਲ ਕੀਤਾ ਸੀ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਜੰਮੂ ਕਸ਼ਮੀਰ ਦੀ ਪੁਲਿਸ ਪੰਜਾਬ ਪਹੁੰਚੀ ਸੀ। ਦੋਵੇਂ ਮੁਲਜ਼ਮਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਪਹਿਚਾਣ ਹੋਈ ਆ ਅਰੁਣ ਚੌਧਰੀ ਅਤੇ ਅਤੁਲ ਚੌਧਰੀ। ਫਾਇਰਿੰਗ ਦੌਰਾਨ ਜੰਮੂ ਕਸ਼ਮੀਰ ਪੁਲਿਸ ਦਾ ਜਵਾਨ ਜ਼ਖਮੀ ਹੋ ਗਿਆ ਹੈ। ਤਾਂ ਵੱਡੀ ਵਾਰਦਾਤ ਹੈ ਗੁਰੂ ਨਗਰੀ ਦੇ ਵਿੱਚ ਹੋਈ ਹੈ, ਬਾਹਰੋਂ ਆਈ ਪੁਲਿਸ 'ਤੇ ਕਾਤਲਾਂ ਨੇ ਹਮਲਾ ਕਰ ਦਿੱਤਾ ਹੈ। ਜੰਮੂ ਕਸ਼ਮੀਰ ਦੇ ਸਾਂਬਾ ਇਲਾਕੇ ਦੇ ਵਿੱਚ ਇਹਨਾਂ ਦੋ ਨੌਜਵਾਨਾਂ ਨੇ ਕਤਲ ਕੀਤਾ ਸੀ। ਕਤਲ ਕਰਕੇ ਭੱਜ ਕੇ ਇਹ ਗੁਰੂ ਨਗਰੀ ਦੇ ਵਿਖੇ ਆ ਗਏ, ਉੱਥੇ ਇੱਕ ਹੋਟਲ ਦੇ ਵਿੱਚ ਲੁਕੇ ਹੋਏ ਸੀ, ਤਾਂ ਪੁਲਿਸ ਨੇ ਰੇਡ ਕੀਤੀ। ਤਾਂ ਇਹਨਾਂ ਦੇ ਵਿੱਚੋਂ ਇੱਕ ਨੇ ਪੁਲਿਸ 'ਤੇ ਫਾਇਰ ਕਰ ਦਿੱਤਾ। ਆਓ ਪੁਲਿਸ ਅਧਿਕਾਰੀ ਕੋਲੋਂ ਜਾਣਦੇ ਹਾਂ ਮੌਕੇ 'ਤੇ ਕੀ ਕਾਰਵਾਈ ਕੀਤੀ ਗਈ। ਇਹ ਜੀ 11 ਅਤੇ 12 ਜਨਵਰੀ ਦੀ ਦਰਮਿਆਨੀ ਰਾਤ ਨੂੰ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਇੱਕ ਜੰਮੂ ਕਸ਼ਮੀਰ ਦੀ ਪੁਲਿਸ ਪਾਰਟੀ ਜੋ ਕਿ ਡਿਸਟ੍ਰਿਕਟ ਸਾਂਬਾ ਥਾਣਾ ਰਾਮਗੜ੍ਹ ਤੋਂ ਕਿਸੇ ਗੈਂਗਵਾਰ ਦੇ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਲੱਭਣ ਲਈ ਇੱਥੇ ਪਹੁੰਚੀ ਸੀ। ਜਦੋਂ ਇਹਨਾਂ ਨੇ ਆ ਕੇ ਸਿਵਲ ਲਾਈਨ ਥਾਣੇ ਵਿਖੇ ਇਸ ਚੀਜ਼ ਬਾਰੇ ਇਨਫੋਰਮੇਸ਼ਨ ਦਿੱਤੀ ਤਾਂ ਡਿਊਟੀ ਆਫਿਸਰ ਇਹਨਾਂ ਨਾਲ ਗਿਆ ਸੀ। ਜੰਮੂ ਕਸ਼ਮੀਰ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਸੀ ਕਿ ਜੋ ਦੋਨੇ ਦੋਸ਼ੀ ਨੇ ਇਹ ਰੇਲਵੇ ਲਿੰਕ ਰੋਡ 'ਤੇ ਜੋ ਭਾਰਤ ਹੋਟਲ ਹੈ ਉੱਥੇ ਲੁਕੇ ਹੋਏ ਹਨ, ਉੱਥੇ ਰਹਿ ਰਹੇ ਹਨ। ਜਦੋਂ ਜੰਮੂ ਕਸ਼ਮੀਰ ਪੁਲਿਸ ਪਾਰਟੀ ਵੱਲੋਂ ਹੋਟਲ ਦੇ ਵਿੱਚ ਰੇਡ ਕੀਤੀ ਗਈ ਤਾਂ ਇਹ ਦੋਨੋਂ ਦੋਸ਼ੀ 108 ਨੰਬਰ ਕਮਰੇ ਦੇ ਵਿੱਚ ਰੁਕੇ ਹੋਏ ਸਨ ਅਤੇ ਜਦੋਂ ਇਹਨਾਂ ਨੇ ਕਮਰੇ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਨਾਂ ਦੋਸ਼ੀਆਂ ਵੱਲੋਂ ਪੁਲਿਸ 'ਤੇ ਫਾਇਰਿੰਗ ਕੀਤੀ ਗਈ। ਇਹਨਾਂ ਵੱਲੋਂ ਦੋ ਫਾਇਰ ਕੀਤੇ ਗਏ, ਜਿਸ ਵਿੱਚ ਇੱਕ ਫਾਇਰ ਜੰਮੂ ਕਸ਼ਮੀਰ ਪੁਲਿਸ ਦੇ ਮੁਲਾਜ਼ਮ ਇੰਦੂ ਭੂਸ਼ਣ ਦੇ ਖੱਬੀ ਵੱਖੀ 'ਤੇ ਲੱਗਿਆ ਸੀ। ਇਸ ਤੋਂ ਬਾਅਦ ਜੰਮੂ ਕਸ਼ਮੀਰ ਪੁਲਿਸ ਅਤੇ ਸਿਵਲ ਲਾਈਨ ਪੁਲਿਸ ਨੇ ਬੜੀ ਬਹਾਦਰੀ ਦੇ ਨਾਲ ਜੋ ਦੋਨੇ ਦੋਸ਼ੀ ਸਨ ਜਿਨ੍ਹਾਂ ਦਾ ਨਾਮ ਅਰੁਣ ਚੌਧਰੀ ਉਰਫ ਅੱਬੂ ਜੱਟ ਅਤੇ ਅਤੁਲ ਚੌਧਰੀ ਉਰਫ ਰਵੀ, ਇਹਨਾਂ ਦੋਨਾਂ ਨੂੰ ਮੌਕੇ ਤੋਂ ਐਪਰੀਹੈਂਡ ਕੀਤਾ, ਅਰੈਸਟ ਕੀਤਾ ਅਤੇ ਇਹਨਾਂ ਕੋਲੋਂ ਜੋ ਨਜਾਇਜ਼ ਬੱਤੀ ਬੋਰ ਦਾ ਪਿਸਟਲ ਸੀ ਉਹ ਰਿਕਵਰ ਕੀਤਾ ਵਾ। ਇਸ ਤੋਂ ਇਲਾਵਾ 5 ਜਿੰਦਾ ਰੌਂਦ ਮਿਲੇ ਨੇ ਅਤੇ 2 ਖਾਲੀ ਰੌਂਦ ਜੋ ਇਹਨਾਂ ਵੱਲੋਂ ਫਾਇਰ ਕੀਤੇ ਗਏ ਸੀ ਇਹਨਾਂ ਕੋਲੋਂ ਰਿਕਵਰ ਕੀਤੇ ਗਏ ਨੇ। ਇਸ ਤੋਂ ਬਾਅਦ ਇਹਨਾਂ ਦੋਨਾਂ ਦੋਸ਼ੀਆਂ ਦੇ ਖਿਲਾਫ਼ ਥਾਣਾ ਸਿਵਲ ਲਾਈਨ ਵਿਖੇ ਇਸ ਪੁਲਿਸ ਪਾਰਟੀ 'ਤੇ ਹਮਲਾ ਕਰਨ ਦਾ ਇੱਕ ਅਧੀਨ ਧਾਰਾ 307, 353, 186, 34 IPC ਅਤੇ 25 ਆਮ ਜੱਟ ਦੇ ਤਹਿਤ ਇੱਕ ਹੋਰ ਮੁਕੱਦਮਾ ਦਰਜ ਕੀਤਾ ਗਿਆ ਵਾ। ਇਸ ਵਿੱਚ ਇਹਨਾਂ ਦੋਨੇ ਨੂੰ ਅਰੈਸਟ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਂਡ ਲਿਆ। ਜਿਹੜੇ ਪੁਲਿਸ ਮੁਲਾਜ਼ਮ ਦੇ ਫਾਇਰ ਲੱਗਾ ਉਹਦੇ ਕੀ ਹਾਲਾਤ ਨੇ?
ਜੋ ਪੁਲਿਸ ਮੁਲਾਜ਼ਮ ਸੀਗਾ ਜੀ ਇੰਦੂ ਭੂਸ਼ਣ, ਜਿਸਦੇ ਵੱਖੀ ਵਿੱਚ ਗੋਲੀ ਲੱਗੀ ਹੈ, ਉਸ ਨੂੰ ਤੁਰੰਤ ਸਾਡੀ ਪੁਲਿਸ ਪਾਰਟੀ ਵੱਲੋਂ ਅਮਨਦੀਪ ਹੋਸਪਿਟਲ ਵਿੱਚ ਐਡਮਿਟ ਕਰਾਇਆ ਗਿਆ ਸੀ। ਉਸ ਦੀ ਕੰਡੀਸ਼ਨ ਬਿਲਕੁਲ ਸਟੇਬਲ ਆ, ਬਿਲਕੁਲ ਠੀਕ ਹੈ ਜੀ। ਜਿਹੜਾ ਇਹ FIR ਹੋਈ ਇਹਨਾਂ ਦੇ ਖਿਲਾਫ, ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਿਮੀਨਲ ਕੇਸ ਦੇ ਵਿੱਚ ਵਾਂਟਡ ਸੀ ਜਾਂ ਕੋਈ ਪਹਿਲਾਂ ਤੋਂ ਇਹਨਾਂ ਦਾ ਕੋਈ ਕਨੈਕਸ਼ਨ ਸੀ? ਨਹੀਂ, ਅੰਮ੍ਰਿਤਸਰ ਇਸ ਤੋਂ ਪਹਿਲਾਂ ਕੋਈ ਇਹਨਾਂ ਦੇ ਖਿਲਾਫ ਕੇਸ ਨਹੀਂ ਸੀ। ਜੋ ਇਹਨਾਂ ਦੀ ਆਪਸ ਦੇ ਵਿੱਚ ਦੋ ਗੁੱਟ ਨੇ, ਇਹਨਾਂ ਦੀ ਗੈਂਗਵਾਰ ਆਪਸ ਵਿੱਚ ਚੱਲ ਰਹੀ ਹੈ, ਉਹ ਜੰਮੂ ਕਸ਼ਮੀਰ ਉੱਥੋਂ ਦੇ ਨਾਲ ਹੀ ਸੰਬੰਧਿਤ ਹੈ ਅਤੇ ਉੱਥੋਂ ਦੇ ਸੰਬੰਧਿਤ ਮੁਕੱਦਮਾ ਜੋ ਕਿ 302 IPC ਅਤੇ ਆਮ ਜਗ ਦੇ ਤਹਿਤ ਉੱਥੇ ਇੱਕ ਮੁਕੱਦਮਾ ਦਰਜ ਸੀ, ਜਿਸ ਦੀ ਭਾਲ ਵਿੱਚ ਜੰਮੂ ਕਸ਼ਮੀਰ ਦੀ ਪੁਲਿਸ ਇੱਥੇ ਅੰਮ੍ਰਿਤਸਰ ਵਿਖੇ ਪਹੁੰਚੀ ਸੀ।